ਲੋਕ ਸਭਾ ਚੋਣਾਂ ਦੀ ਤਰੀਕ ਜਿਉਂ-ਜਿਉਂ ਨਜ਼ਦੀਕ ਆ ਰਹੀ ਹੈ ਤਿਉਂ-ਤਿਉਂ ਚੋਣ ਮੈਦਾਨ ਭਖਦਾ ਜਾ ਰਿਹਾ ਹੈ। ਇਸੇ ਲੜੀ ਅਧੀਨ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਵੀ ਪਾਰਟੀ ਵਰਕਰਾਂ ਤੇ ਆਗੂਆਂ ਨਾਲ ਜੇਤੂ ਰਣਨੀਤੀ ਤਿਆਰ ਕਰਨ ਵਿੱਚ ਜੁਟ ਚੁੱਕੇ ਨੇ। ਗਰੇਵਾਲ ਨੇ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਨਾਲ ਵਾਰਡ ਵਾਈਜ਼ ਮੀਟਿੰਗਾਂ ਕਰਕੇ ਵੱਧ ਤੋਂ ਵੱਧ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਇੱਕ ਵਾਰ ਫਿਰ ਕੇਂਦਰ ਵਿੱਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਤੇ ਜ਼ੋਰ ਦਿੱਤਾ। ਲੁਧਿਆਣਾ ਸ਼ਹਿਰ ਦੇ ਸਾਰੇ ਆਫਿਸ ਬੇਅਰਸ ਦੀ ਮੀਟਿੰਗ ਸੀ, ਜਿਹਦੇ 'ਚ ਮੰਡਲ ਪ੍ਰਧਾਨ, ਜ਼ਿਲ੍ਹਾ ਦੇ ਆਫਿਸ ਬੇਅਰਸ, ਬੂਥ ਕਮੇਟੀਆਂ ਦੇ ਇੰਚਾਰਜ ਸਾਰੇ ਬੁਲਾਏ ਸੀਗੇ। ਅਤੇ ਤੁਸੀਂ ਦੇਖ ਲਿਆ ਕਿ ਤਕਰੀਬਨ 200-250 ਦੇ ਕਲੀਬ ਇਹਨਾਂ ਦੇ ਜਿਹੜੇ ਸਾਰੇ ਲੋਕਲ ਅਹੁਦੇਦਾਰ ਆਏ ਸੀਗੇ, ਅਤੇ ਜਿੰਨੇ ਜੋਸ਼ ਨਾਲ ਇਹਨਾਂ ਦੇ ਮਨ ਵਿੱਚ ਇਹ ਲੜਾਈ ਜਿੱਤਣ ਦੀ ਭਾਵਨਾ ਹੈਗੀ ਹੈ, ਉਸ ਤੋਂ ਬਾਅਦ ਕੋਈ ਸ਼ੰਕਾ ਨਹੀਂ ਰਹਿੰਦੀ ਕਿ 19 ਤਰੀਕ ਨੂੰ ਪੈਣ ਵਾਲੀਆਂ ਵੋਟਾਂ ਵਿੱਚ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਬਹੁਤ ਵੱਡਾ ਜਿੱਤ ਮਿਲੇਗੀ। ਅਤੇ ਆਉਣ ਵਾਲੀ ਪਾਰਲੀਮੈਂਟ ਦਾ ਨੁਮਾਇੰਦਾ ਜਿਹੜਾ ਹੈਗਾ ਲੁਧਿਆਣੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਹੋਏਗਾ। ਅੱਜ ਸਾਰੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ, ਮੰਡਲ ਪ੍ਰਧਾਨ, ਕੌਂਸਲਰ ਸਾਹਿਬਾਨ, ਕਾਰਜਕਾਰਨੀ ਮੈਂਬਰ ਮਹੇਸ਼ਿੰਦਰ ਸਿੰਘ ਜੀ ਨੂੰ ਇੱਥੇ ਬੁਲਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਔਰ ਸਾਰੇ ਹੀ ਵਰਕਰਾਂ ਨੂੰ ਇਹ ਕਿਹਾ ਗਿਆ ਵੀ ਕਿ ਕਮ ਸੇ ਕਮ 2 ਲੱਖ ਵੋਟਾਂ ਤੋਂ ਅਸੀਂ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਾਂਝੇ ਉਮੀਦਵਾਰ ਨੇ ਉਹਨਾਂ ਨੂੰ ਜਿਤਾ ਕੇ ਅਸੀਂ ਭੇਜਾਂਗੇ, ਇਹ ਅਸੀਂ ਪ੍ਰਣ ਕੀਤਾ। ਜਿਹੜੀ ਲੁਧਿਆਣੇ ਦੀ ਲੀਡਰਸ਼ਿਪ ਹੈ ਉਹ ਇਕੱਠੀ ਹੋਈ ਔਰ ਸਾਡੇ ਮੰਡਲ ਸਤਰ ਤੱਕ, ਮੰਡਲ ਪ੍ਰਧਾਨ ਤੱਕ ਸਾਰੇ ਔਰ ਕੌਂਸਲਰ ਸਾਹਿਬਾਨ ਇਹਨਾਂ ਨੇ ਇਸ ਮੀਟਿੰਗ ਦੇ ਵਿੱਚ ਸ਼ਿਰਕਤ ਕੀਤੀ ਔਰ ਜਿਹੜਾ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਹੈ ਉਸ ਦੀ ਇੱਕਜੁੱਟਤਾ ਦਾ ਪ੍ਰਦਰਸ਼ਨ ਕਰਦੇ ਹੋਏ ਅਸੀਂ ਸਮਝਦੇ ਹਾਂ ਕਿ ਅਸੀਂ ਲੱਖਾਂ ਵੋਟਾਂ ਦੇ ਮਾਰਜਨ ਦੇ ਨਾਲ ਲੁਧਿਆਣਾ ਕੌਂਸਟੀਚੁਐਂਸੀ ਨਾ ਸਿਰਫ ਜਿੱਤਾਂਗੇ ਬਲਕਿ ਜਿਹੜਾ ਕਾਂਗਰਸ ਦਾ ਝੂਠ ਪਿਛਲੇ 5 ਸਾਲ ਜਿਹੜਾ ਮੈਂਬਰ ਪਾਰਲੀਮੈਂਟ ਉਹ ਮਾਰਦਾ ਰਿਹਾ, 2 ਸਾਲ ਦੀ ਮੌਜੂਦਾ ਸਰਕਾਰ ਜਿਹੜੀ ਸੂਬੇ ਦੀ ਹੈ ਉਹ ਮਾਰ ਰਹੀ ਹੈ, ਉਹ ਪਰਦਾ ਫਾਸ਼ ਕਰਾਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਰ ਸਿਟੀ ਯੂਰ ਨਿਊਜ਼।